ਸਾਰਿਆਂ ਨੂੰ ਪਤਾ ਕਿ ਇੱਕ ਪਾਸੇ ਤਾਂ ਕਰੋਨਾ ਦਾ ਟਾਈਮ ਚੱਲ ਰਿਹਾ ਹੈਗਾ, ਡੇਲੀ ਸੈਂਕੜੇ ਮੌਤਾਂ ਪੰਜਾਬ ਦੇ ਵਿੱਚ ਹੁੰਦੀਆਂ, ਸੈਂਕੜੇ ਤਾਂ ਰਿਪੋਰਟ ਹੁੰਦੀਆਂ, ਵੈਸੇ ਤਾਂ ਹਜ਼ਾਰਾਂ ਹੋ ਰਹੀਆਂ ਨੇ। ਲੋਕ ਬਿਨਾਂ ਆਕਸੀਜਨ ਤੋਂ, ਬਿਨਾਂ ਜਿਹੜਾ ਰੈਮਡੀਸੀਵਰ ਇੰਜੈਕਸ਼ਨ ਹੈ ਉਹਦੇ ਤੋਂ ਮਰ ਰਹੇ ਨੇ ਗੇ। ਸਰਕਾਰੀ ਹੌਸਪੀਟਲਾਂ ਦੇ ਵਿੱਚ ਬੈੱਡ ਨਹੀਂ ਪਏ। ਸੋ ਸਰਕਾਰ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਬਜਾਏ, ਮੰਤਰੀ ਇਹਨਾਂ ਚੀਜ਼ਾਂ 'ਤੇ ਧਿਆਨ ਦੇਣ ਦੀ ਬਜਾਏ ਲਗਾਤਾਰ ਪੰਜਾਬ 'ਚ ਜਿਹੜੀ ਆਪਦੀ ਕੁਰਸੀਆਂ ਨੂੰ ਲੈ ਕੇ ਅਤੇ ਬਦਲਾਖੋਰੀ ਦੀ ਰਾਜਨੀਤੀ ਨਾਲ ਜਿਹੜੀ ਪੰਜਾਬ 'ਚ ਕੰਮ ਕਰ ਰਹੀ ਹੈ। ਆ ਪਿਛਲੇ ਦਿਨੀ ਫਿਰੋਜ਼ਪੁਰ ਸਾਡੀ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰ 'ਤੇ ਇੱਕ 'ਤੇ ਪਰਚਾ ਦਿੱਤਾ ਗਿਆ, ਅਤੇ ਉਸ ਟਾਈਮ ਜਦੋਂ ਪਰਚਾ ਰਜਿਸਟਰ ਹੋਇਆ ਜਾਂ ਜਦੋਂ ਕਿਹਾ ਗਿਆ ਕਿ ਵਾਰਦਾਤ ਹੋਈ, ਉਦੋਂ ਮੁੰਡਾ ਉਹ ਚੰਡੀਗੜ੍ਹ ਸਾਡੇ ਨਾਲ ਮੀਟਿੰਗ ਸੀਗਾ, ਅਤੇ ਉਹਦੇ 'ਤੇ 307 ਦਾ ਪਰਚਾ ਫਿਰੋਜ਼ਪੁਰ ਪੁਲਿਸ ਦੇ ਦਿੰਦੀ ਹੈ, ਅਤੇ ਉਹ ਵੀ ਉੱਥੋਂ ਦੇ ਜਿਹੜੇ ਲੋਕਲ ਜਿਹੜੇ ਕਾਂਗਰਸ ਦੇ ਲੀਡਰ ਹੈ ਉਹਨਾਂ ਦੇ ਕਹਿਣ 'ਤੇ। ਅਤੇ ਉਹੀ ਕੁਛ ਜਿਹਦੇ ਸੰਬੰਧ 'ਚ ਅੱਜ ਮੈਂ ਇੱਥੇ ਨਾਭੇ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਹੇ ਹਾਂ। ਸਾਡਾ ਪਟਿਆਲੇ ਜ਼ਿਲ੍ਹੇ ਦਾ ਯੂਥ ਪ੍ਰਧਾਨ ਵਰਿੰਦਰ ਕੁਮਾਰ ਬਿੱਟੂ ਨੌਜਵਾਨ ਆਗੂ ਹੈ, ਬੜਾ ਮਿਹਨਤੀ ਆ, ਲੋਕਾਂ ਦੇ ਜਿਹੜੇ ਸੋਸ਼ਲ ਮੁੱਦੇ ਆ ਬੜੇ ਜੋਸ਼ ਸ਼ੋਸ਼ ਨਾਲ ਜਿਹੜਾ ਚੱਕਦਾ, ਅਤੇ ਉਹ ਬੜੇ ਲੰਬੇ ਟਾਈਮ ਤੋਂ ਜਿਹੜੇ ਇੱਥੋਂ ਦੇ ਵਿਧਾਇਕ ਨੇ ਅਤੇ ਪੰਜਾਬ ਸਰਕਾਰ 'ਚ ਮੰਤਰੀ ਹੈ ਸਾਧੂ ਸਿੰਘ ਧਰਮਸੋਤ, ਜਿਹੜੇ ਚੋਰ ਮੰਤਰੀ ਨੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਿਹਾ ਸੀਗਾ। ਸਾਰੀਆਂ ਪੋਲੀਟੀਕਲ ਪਾਰਟੀਆਂ ਆਪਦੇ ਜਿਹੜੇ ਬੈਨਰ ਨੇ ਲਵਾਉਂਦੀਆਂ, ਆ ਇੱਥੋਂ ਮੈਂ ਬਰਨਾਲੇ ਤੋਂ ਆਇਆ, ਆ ਭਵਾਨੀਗੜ੍ਹ ਤੋਂ ਲੈ ਕੇ ਨਾਭੇ ਤੱਕ ਪਤਾ ਨਹੀਂ ਕਿੰਨੇ ਕੁ ਬੈਨਰ ਲੱਗੇ ਹੋਣਗੇ। ਆ ਤੁਸੀਂ ਪਟਿਆਲੇ ਨੂੰ ਚਲੇ ਜਾਓ, ਇੱਥੋਂ ਅਮਰੋਹ ਨੂੰ ਚਲੇ ਜਾਓ, ਖੰਭਿਆਂ ਤੱਕ 'ਤੇ ਵੀ ਬੈਨਰ ਲੱਗੇ ਹੋਏ ਆ। ਆ ਰਾਹੁਲ ਗਾਂਧੀ ਆਇਆ ਸੀ, ਕੋਈ ਕਿਸੇ ਮਹਿਕਮੇ ਦਾ ਕੋਈ ਬੋਰਡ ਛੱਡਿਆ, ਕੋਈ PWD ਦੀ ਕੋਈ ਪ੍ਰੋਪਰਟੀ ਛੱਡੀ ਜਾਂ ਕਿਸੇ ਹੋਰ ਮਹਿਕਮੇ ਦੀ ਜਿੱਥੇ ਨਾ ਬੈਨਰ ਲੱਗੇ ਹੋਣ, ਉਦੋਂ ਕੋਈ ਪਰਚਾ ਰਜਿਸਟਰ ਨਹੀਂ ਹੁੰਦਾ। ਪਰ ਵਰਿੰਦਰ ਕੁਮਾਰ ਬਿੱਟੂ 'ਤੇ ਜਿਹੜਾ ਸਾਡਾ ਪ੍ਰਧਾਨ ਆ, ਬਦਲਾਖੋਰੀ ਦੀ ਰਾਜਨੀਤੀ ਨਾਲ ਉਹਦੇ 'ਤੇ ਜਿਹੜਾ ਪਰਚਾ ਰਜਿਸਟਰ ਕੀਤਾ ਗਿਆ ਨੋਨ ਅਵੇਲੇਬਲ, ਇਹ ਕਹਿ ਕੇ ਵੀ ਇਹਨੇ ਤਾਂ ਜੀ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੰਮ ਦੇ ਵਿੱਚ ਵਿਘਨ ਪਾਇਆ। ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਬਿੱਟੂ ਨੇ ਕਿਹਾ ਵੀ ਮੰਤਰੀ ਚੋਰ ਹੈ, ਸਿਰਫ ਇਸ ਕਰਕੇ ਬਦਲਾਖੋਰੀ ਦੀ ਰਾਜਨੀਤੀ ਨਾਲ ਉਹ 'ਤੇ ਸਾਡੇ ਭਰਾ 'ਤੇ ਪਰਚਾ ਕੀਤਾ ਗਿਆ। ਕਿਹੜਾ ਬੰਦਾ ਨਹੀਂ ਜਾਣਦਾ ਵੀ ਜੀ ਤਾਂ ਸਾਧੂ ਸਿੰਘ ਧਰਮਸੋਤ ਚੋਰ ਹੈ? ਇਕੱਲਾ ਬਿੱਟੂ ਕਹਿੰਦਾ, ਸਾਰਾ ਨਾਭਾ ਕਹਿੰਦਾ, ਪੰਜਾਬ ਦਾ ਬੱਚਾ ਬੱਚਾ ਕਹਿੰਦਾ, ਸਾਰਿਆਂ 'ਤੇ ਪਰਚਾ ਦੇ ਦਿਉ। ਆ ਜਿੰਨੇ ਸੀ ਬੈਠੇ, ਮੈਂ ਕਹਿਣਾ ਵੀ ਸਾਧੂ ਸਿੰਘ ਧਰਮਸੋਤ ਚੋਰ ਹੈ, ਦਿਓ ਸਾਡੇ 'ਤੇ ਪਰਚਾ ਕਰੋ ਅੰਦਰ। ਇੰਨੀ ਕਰਕੇ ਯਾਰ ਤੁਹਾਡੀ ਰਾਜਨੀਤੀ, ਤੁਹਾਡੇ ਲਈ ਕਾਨੂੰਨ ਹੋਰ ਹੈ, ਓਪੋਜੀਸ਼ਨ ਲਈ ਕਾਨੂੰਨ ਹੋਰ ਹੈ। ਇੱਥੋਂ ਕਿਹੜੀ ਰਾਤ 'ਤੇ ਆਪਾਂ ਚਲੇ ਜਾਈਏ ਵੀ ਜਿੱਥੇ ਤੁਹਾਡੇ ਬੈਡਰ ਲੱਗੇ ਹੋਏ, ਜਿੱਥੇ ਤੁਹਾਡੇ ਪੋਸਟਰ ਲੱਗੇ ਹੋਏ? ਪਰ ਇੱਕ ਜੇ ਨੌਜਵਾਨ ਜਿਹੜਾ ਲੜਕਾ ਜਿਹੜਾ ਲੋਕਾਂ ਦੀ ਲੜਾਈ ਲੜਦਾ, ਜੇ ਉਹ ਕੋਈ ਤੁਹਾਡੇ ਵਿਰੁੱਧ ਬੋਲਦਾ, ਤੁਸੀਂ ਪਰਚਾ ਕਰ ਰਹੇ ਹੋ। ਅੱਜ ਸਰਕਾਰ ਨੂੰ ਚਾਹੀਦਾ ਕਿ ਜੇ ਤੁਸੀਂ ਕਾਰਵਾਈ ਕਰਨੀ ਹੈ, ਕਿੰਨੇ ਪੰਜਾਬ ਦੇ ਐਸੇ ਮੁੱਦੇ ਪਏ ਨੇ ਜਿਨ੍ਹਾਂ 'ਤੇ ਅੱਜ ਤੱਕ ਕਾਰਵਾਈ ਨਹੀਂ ਹੋਈ? ਆ ਜਿਹੜੇ DSP ਨੇ, ਜਿਹੜੇ SHO ਨੇ ਪਰਚਾ ਦਿੱਤਾ, ਇਹਨਾਂ ਦੀ ਇੰਨੇ ਇਹ ਮਤਲਬ ਕਿ ਇੰਨੀ ਛੇਤੀ ਇਨਕੁਆਇਰੀ ਕਰਦੇ ਆ, ਜੇ ਇੰਨੀ ਛੇਤੀ ਇਹਨਾਂ ਦੀ ਕਾਰਵਾਈ ਇੰਨੇ ਚੰਗੇ ਨੇ ਤਾਂ ਇਹਨਾਂ ਨੂੰ ਬਰਗਾੜੀ ਵਾਲਾ ਦੇ ਦੇਣ। ਹਜੇ ਤੱਕ ਉਹਦੇ 'ਤੇ ਫੈਸਲਾ ਨਹੀਂ ਹੋਇਆ। ਜਿਹੜੇ ਬੇਦੋਸ਼ੇ ਸਿੰਘ ਸ਼ਹੀਦ ਹੋਏ ਉਹ ਇਹਨਾਂ ਨੂੰ ਦੇਣ ਨਾ ਕਿਸ, ਇੱਥੋਂ ਵਾਲੇ ਡਿਪਟੀ ਨੂੰ, ਇੱਥੋਂ ਵਾਲੇ SHO ਨੂੰ। ਕਿੰਨੀਆਂ ਪੰਜਾਬ 'ਚ ਪੈਂਡਿੰਗ ਇਨਕੁਆਇਰੀਜ਼ ਪਈਆਂ ਨੇ, ਬਟਾਲੇ ਬਲਾਸਟ ਹੋਇਆ, ਹਜੇ ਤੱਕ ਕੁਛ ਨਹੀਂ ਪਤਾ। SHO ਨੂੰ ਦੇਣਾ ਚਾਹੀਦਾ ਵੀ ਉੱਥੇ ਕੀ ਹੋਇਆ। ਅੰਮ੍ਰਿਤਸਰ ਰੇਲ ਹਾਦਸਾ ਹੋਇਆ, ਹਜੇ ਤੱਕ ਕਿਸੇ 'ਤੇ ਕਾਰਵਾਈ ਨਹੀਂ। 3 ਜ਼ਿਲ੍ਹਿਆਂ 'ਚ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ 'ਚ 126 ਬੰਦੇ ਮਰੇ। ਕਿਹੜੇ ਲੋਕ ਜ਼ਿੰਮੇਵਾਰ ਸੀ? ਹਜੇ ਤੱਕ ਕਾਰਵਾਈ ਨਹੀਂ ਹੋਈ। SHO ਨੂੰ ਜਾ ਕੇ ਦੱਸਣ, ਇਹਨੂੰ ਦੇਣ ਉੱਥੇ, ਇਹਨੂੰ ਇਨਕੁਆਇਰੀ ਫੜਾਉਣ ਨੇ, ਬੜਾ ਤੇਜ਼ ਹੈ, ਇਹ ਲੱਭ ਕੇ ਲਿਆਉਂਦਾ ਵੀ ਕਿਹੜਾ ਜੁਰਮ ਕਰਦਾ। ਸੋ ਇੰਨੀ ਸਰਕਾਰ ਦੀ ਬਦਲਾਖੋਰੀ ਵਾਲੀ ਰਾਜਨੀਤੀ, ਇੱਦਾਂ ਦੇ ਜਿਹੜੇ ਕਰਪਟ ਮੰਤਰੀ ਨੇ। ਸਰਕਾਰ ਨੇ ਪਿਛਲੇ 4.5 ਸਾਲ 'ਚ ਜਿੱਥੇ ਕਾਰਵਾਈ ਕਰਨੀ ਚਾਹੀਦੀ ਸੀ, ਜਿੱਥੇ ਪੁਲਿਸ ਨੂੰ ਖੜ੍ਹਨਾ ਚਾਹੀਦਾ ਸੀ, ਉੱਥੇ ਕਾਰਵਾਈ ਕੀਤੀ ਨਹੀਂ। ਅਤੇ ਪੁਲਿਸ ਨੂੰ ਸਰਕਾਰ ਕੇਵਲ ਅਤੇ ਕੇਵਲ ਓਪੋਜੀਸ਼ਨ ਨੂੰ ਦਬਾਉਣ ਲਈ, ਬਦਲਾਖੋਰੀ ਵਾਲੀ ਰਾਜਨੀਤੀ ਕਰਨ ਲਈ ਜਿਹੜੀ ਹੈ ਉਹ ਲਗਾਤਾਰ ਪਿਛਲੇ 4.5 ਸਾਲ ਤੋਂ ਜਿਹੜੀ ਹੈ ਉਹ ਵਰਤ ਰਹੀ ਹੈ। ਸੋ ਅਸੀਂ SHO ਨੂੰ ਵੀ, ਜਿਹੜੀ ਹੋਰ ਵੀ ਇੱਥੇ ਪੁਲਿਸ ਪ੍ਰਸ਼ਾਸਨ ਹੈ, ਸਾਰਿਆਂ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਤਨਖਾਹਾਂ ਲੋਕਾਂ ਦੇ ਟੈਕਸਾਂ 'ਚੋਂ ਲੈਂਦੇ ਹੋ, ਇਹ ਕਾਂਗਰਸ ਦੀ ਜਿਹੜੀ ਤੁਸੀਂ ਵਰਦੀ ਪਾਈ ਹੋਈ ਹੈ ਨਾ, ਕਾਂਗਰਸ ਦਾ ਮਫਲਰ ਪਾ ਕੇ ਗਲਾਂ 'ਚ ਘੁੰਮਦੇ ਹੋ, ਕਾਂਗਰਸ ਦੇ ਵਰਕਰ ਬਣ ਕੇ ਕੰਮ ਕਰਦੇ ਹੋ, ਇਹ ਛੱਡ ਦਿਓ। ਸਮਾਂ ਬਦਲਦਾ ਰਹਿੰਦਾ, ਤੁਸੀਂ ਕਾਨੂੰਨ ਦੇ ਰਖਵਾਲੇ ਹੋ, ਤੁਸੀਂ ਲੋਕਾਂ ਦੇ ਰਖਵਾਲੇ ਹੋ, ਤੁਸੀਂ ਸਟੇਟ ਦੇ ਰਖਵਾਲੇ ਹੋ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜੀਆਂ ਉਹ ਕਾਰਵਾਈਆਂ ਕਰਿਆ ਕਰੋ। ਸੋ ਅੱਜ ਮੂੰਗੋ ਸਾਹਿਬ ਨੇ ਦੱਸਿਆ ਕਿ ਬਿੱਟੂ ਨੂੰ ਪੇਸ਼ ਕੀਤਾ ਸੀ ਕੋਰਟ ਨੇ, ਜਿਹੜਾ ਉਹ ਕੱਲ੍ਹ ਦੀ
कल की जमानत वास्ते जिहड़ा पेशी लगी हुई है। सो अज इसे नूं लैके असीं इत्थे पहुंचे हाँ कि साधु सिंह धर्मसोत जिहनूं इह मंत्री साहब नूं चेतावनी दिंदे हाँ कि थोनूं कैप्टन अमरिंदर सिंह दा विच जिहड़ा तुसीं एससी बच्चियां दे पैसे खाधे सी उहदे विच कोई कमिशन होगा थोनूं उह प्रोटैक्ट कर सकदा, पर जिद्दण सरकार बदली थोनूं बादल आनूं तां तुसीं बख्शदा रणीके नूं, असीं रणीके नूं भी नहीं बख्शना जिन्हें एससी बच्चों के पैसे खाते, बख्शना तैनूं भी नहीं। तुसीं इन्नियां कारवाइयां करन आ साडे फरीदकोट दी खबर है कि 67 लाख रुपए च तकरीबन 10,000 दरख्त होना जिहदा इन्हें ठेका दिता इसे मंत्री ने जंगलात महकमे का। उत्थे हफ्ता हो गया साढ़े MLA नूं बैठिया नूं, हफ्ता हो गया साढ़े साबका MP नूं बैठे साढ़े वर्करां नूं, उत्थे जाके अज असी लड़ाई लड़के कल जिहड़ी उन्हां दी वढ़ाई है दरख्तों की कटिंग है वह कल जाके इन्होंने रद्द की है। उत्थे थोनू MLA बैठे या लोग धरने बैठे उ तो हफ्ते से पता नहीं लगता, तो इतने तुम घंटे के बीच ही चक के एक नौजवान से परचा दे दें हो। सो ये सारिया गलों के जवाब आने वाले समय च देने पैणगे मंत्री साहब थोनू भी, तो जिहड़ी पुलिस सरकार दे कांग्रसियों के कहते चलती है उन्होंने भी देने पैणगे। सो असी पुलिस को भी कहना है कि तुम दायरे च लैके कानून च रह के काम करो, तो बाकी असी साढ़े भरा दे साढ़े वर्करा दे सारा दे नाल खड़े हाँ। कानूनी लड़ाई भी लड़ांगे तो सियासी लड़ाई भी, जे साढ़े किसी वर्कर नाल होर नाल ते बिट्टू नाल जिहड़ा कीता इहदी भी जिहड़ी असी रणनीति बनावांगे ते लड़ाई नूं अगे तक है जिहड़ा उह लैके जावांगे। 100% मैं कह रहा कि अफसरां नूं ठीक है, चंगे अफसर भी हैगे आ, पर जिहड़ियां SHO जां होर जिहड़ियां पोलिटिकल अपॉइंटमेंट हुंदियां ਇਹ ਤਾਂ ਕੰਮ ਹੀ ਇਸੇ ਤਰ੍ਹਾਂ ਕਰਦੇ ਆ ਜਿਵੇਂ ਵੀ ਇਹ ਸਰਕਾਰ ਨੇ ਸਦਾ ਹੀ ਰਹਿਣਾ ਹੁੰਦਾ ਵੀ ਯਾਰ ਤੁਸੀਂ ਵਰਦੀ ਪਾਣੇ ਪਾਉਣੇ ਹੋ, ਤੁਸੀਂ ਸਹੁੰ ਖਾਂਦੇ ਵੀ ਅਸੀਂ ਲੋਕਾਂ ਦੀ ਰਖਵਾਲੀ ਕਰਾਂਗੇ, ਅਸੀਂ ਕਾਨੂੰਨ 'ਚ ਰਹਿ ਕੇ ਕੰਮ ਕਰਾਂਗੇ। ਤੁਹਾਨੂੰ ਜੋ MLA ਕਹਿ ਦਿੰਦਾ, ਤੁਹਾਨੂੰ ਜੋ ਕਾਂਗਰਸੀ ਲੀਡਰ ਕਹਿ ਦਿੰਦਾ, ਅਕਾਲੀ ਦਲ ਦੇ ਟਾਈਮ 'ਚ ਵੀ ਇਹੀ ਸੀ। ਮੈਂ ਹੈਰਾਨ ਹਾਂ ਕਿ ਬੜੇ ਵੱਡੇ ਵੱਡੇ ਸੀਨੀਅਰ ਲੀਡਰ ਇਹ ਕਹਿੰਦੇ ਆ ਵੀ ਜੀ ਅਕਾਲੀ ਦਲ ਵਾਲਿਆਂ ਦੀ ਸੁਣਵਾਈ ਹੁੰਦੀ ਹੈ ਕਾਂਗਰਸ ਦੇ ਟਾਈਮ 'ਚ ਵੀ, ਇਹਦਾ ਮਤਲਬ ਤੁਸੀਂ ਇਹ ਕਹਿਣਾ ਵੀ ਕਾਂਗਰਸ ਦੀ ਸੁਣਵਾਈ ਹੋਵੇ। ਇਹ ਕੋਈ ਨਹੀਂ ਕਹਿੰਦਾ ਵੀ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ, ਮਤਲਬ ਕਿ ਸਾਈਕੀ ਇਹ ਬਣ ਗਈ। ਅਤੇ ਕਈ ਅਖਬਾਰਾਂ ਨੇ ਵੀ ਲਿਖਿਆ ਵੀ ਫਲਾਣੇ ਲੀਡਰ ਨੇ ਕਿਹਾ ਜੀ ਅਕਾਲੀਆਂ ਦੀ ਸੁਣਵਾਈ ਹੁੰਦੀ ਹੈ, ਕਿਸੇ ਨੇ ਇਹ ਨਹੀਂ ਕਿਹਾ ਵੀ ਲੋਕਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਜਿੱਦਣ ਸਾਡੀ ਸਰਕਾਰ ਆਊਗੀ ਉਦੋਂ ਆਮ ਆਦਮੀ ਪਾਰਟੀ ਵਾਲੇ ਦੀ ਨਹੀਂ, ਪੰਜਾਬ ਦੇ ਲੋਕਾਂ ਦੀ ਸੁਣਵਾਈ ਹੋਊਗੀ, ਕਾਨੂੰਨ ਮੁਤਾਬਕ ਹੈ ਜਿਹੜੀ ਉਹ ਸੁਣਵਾਈ ਹੋਊਗੀ। ਦੇਖੋ ਅਸੀਂ ਮੂੰਗੋ ਸਾਹਿਬ ਬੈਠੇ ਆ ਜਿਹੜੀ ਕੱਲ੍ਹ ਨੂੰ ਪੇਸ਼ੀ ਹੈ, ਕਾਨੂੰਨ ਲੜਾਈ ਤਾਂ ਲੜ ਹੀ ਰਹੇ ਹਾਂ ਅਸੀਂ। ਆਉਣ ਵਾਲੇ ਸਮੇਂ 'ਚ ਜੇ ਸਾਧੂ ਸਿੰਘ ਧਰਮਸੋਤ ਮੰਤਰੀ ਸਾਹਿਬ ਨੂੰ ਇਹ ਵਹਿਮ ਹੈ ਵੀ ਜੇ ਮੈਂ ਦਬਾ ਕੇ ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਲੀਡਰਾਂ ਨੂੰ ਦਬਾ ਲੂੰਗਾ, ਵਹਿਮ ਕੱਢ ਦੇਣ, ਅਸੀਂ ਇਸ ਲੜਾਈ ਨੂੰ ਹੋਰ ਤਿੱਖਾ ਕਰਾਂਗੇ। ਅਤੇ ਅੱਗੇ ਤੋਂ ਕਿਉਂਕਿ ਅਸੀਂ ਨਹੀਂ ਚਾਹੁੰਦੇ, ਕਿਉਂਕਿ ਕੋਵਿਡ ਦਾ ਟਾਈਮ ਚੱਲ ਰਿਹਾ, ਬੜੀਆਂ ਮੌਤਾਂ ਹੋ ਰਹੀਆਂ, ਨਹੀਂ ਹੁਣ ਵੀ ਅਸੀਂ ਵਰਕਰ ਇਕੱਠੇ ਕਰਕੇ ਕੋਈ ਪ੍ਰੋਟੈਸਟ ਕਰਨ ਦਾ ਪ੍ਰੋਗਰਾਮ ਬਣਾਉਣਾ ਸੀ, ਪਰ ਇਸੇ ਨੂੰ ਲੈ ਕੇ ਕਿਉਂਕਿ ਅਸੀਂ ਲੋਕਾਂ ਦੀਆਂ ਜਾਨਾਂ ਜਿਹੜੀਆਂ ਜੋਖਮ 'ਚ ਪਾਉਣੀਆਂ ਨਹੀਂ ਚਾਹੁੰਦੇ, ਪਰ ਅਸੀਂ ਕੋਵਿਡ ਦੀ ਆੜ ਹੇਠ ਕਰੋਨਾ ਦੀ ਆੜ ਹੇਠ ਇੱਦਾਂ ਮਨਮਰਜ਼ੀਆਂ ਵੀ ਸਰਕਾਰ ਨੂੰ ਜਿਹੜੀਆਂ ਸਾਧੂ ਸਿੰਘ ਧਰਮਸੋਤ ਨੂੰ ਉਹ ਕਰ ਨਹੀਂ ਦੇਵਾਂਗੇ। ਆਪਦੇ ਵਰਕਰਾਂ ਨਾਲ ਡਟ ਕੇ ਖੜ੍ਹੇ ਹਾਂ, ਅਤੇ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰਨਾ ਉਹ ਵੀ ਪ੍ਰੋਗਰਾਮ ਜਿਹੜਾ ਜਲਦੀ ਉਡੀਕਾਂ। ਦੇਖੋ ਨੌਜਵਾਨ ਆਗੂ ਹੈ, ਕਈ ਵਾਰੀ ਜਦੋਂ ਤੁਸੀਂ ਧੱਕੇ ਨਾਲ ਕਿਸੇ ਦਾ ਜਦੋਂ ਦੂਜਿਆਂ ਦੇ ਉੱਥੇ ਬੈਨਰ ਲੱਗੇ ਹੋਣ, ਦੂਜਿਆਂ ਦੇ ਪੋਸਟਰ ਲੱਗੇ ਹੋਣ, ਤੁਸੀਂ ਪੜ੍ਹਦੇ ਹੋ ਤਾਂ ਕਈ ਵਾਰੀ ਨੌਜਵਾਨ ਹੈ ਉਹ ਜ਼ਿਆਦਾ ਗੁੱਸਾ ਜਿਹੜਾ ਉਹ ਆ ਜਾਂਦਾ, ਪਰ ਉਹਨੇ ਵੀਡੀਓ 'ਚ ਕਿਤੇ ਵੀ ਮੈਨ ਹੈਂਡਲਿੰਗ ਨਹੀਂ ਕੀਤੀ, ਕਿਤੇ ਵੀ ਜਿਹੜਾ ਗਾਲੀ ਗਲੋਚ ਨਹੀਂ ਕੀਤਾ। ਉਹ ਵੀਡੀਓ ਮੈਂ ਦੇਖੀ ਆ, ਉਹਦੇ 'ਚ ਉਹ ਕਹਿ ਰਿਹਾ ਸੀ ਜੀ ਸਰਕਾਰੀ ਮੁਲਾਜ਼ਮ ਹੀ ਨਹੀਂ ਹੈਗੇ, ਸਾਨੂੰ ਤਾਂ ਕਿਹਾ ਗਿਆ ਹੈਗਾ, ਅਤੇ ਪਰਚਾ ਕੀਤਾ ਵੀ ਜੀ ਸਰਕਾਰੀ ਮੁਲਾਜ਼ਮਾਂ ਦੇ ਕੰਮ ਦੇ ਵਿੱਚ ਵਿਘਨ ਪਾਏਦਾ। ਸੋ ਇਹ ਦੋਹਰੇ ਮਾਪਦੰਡ ਹੈ ਜਿਹੜੇ ਉਹ ਸਰਕਾਰ ਨੂੰ ਅਤੇ ਮੰਤਰੀ ਸਾਹਿਬ ਨੂੰ ਅਤੇ ਪ੍ਰਸ਼ਾਸਨ ਨੂੰ ਜਿਹੜੇ ਉਹ ਨਹੀਂ ਕਰਨੇ ਚਾਹੀਦੇ। ਦੇਖੋ ਅਸੀਂ ਪਹਿਲਾਂ ਵੀ ਬੜੇ ਵਾਰੀ ਕਹੇ ਹਾਂ, ਅੱਜ ਵੀ ਕੋਈ ਕੈਪਟਨ ਸਾਹਿਬ ਦੀ OSD ਨੇ ਇੱਕ ਵਿਧਾਇਕ ਨੂੰ ਧਮਕੀ ਵੀ ਦਿੱਤੀ ਹੈ। ਦੇਖੋ ਅੱਜ ਪੰਜਾਬ ਹੈ ਜਿਹੜਾ ਉਹ ਤਰ੍ਹਾਂ ਤਰ੍ਹਾਂ ਕਰ ਰਹੇ ਆ, ਪੰਜਾਬ ਦੇ ਲੋਕ ਬਿਨਾਂ ਆਕਸੀਜਨ ਤੋਂ ਮਰ ਰਹੇ ਆ, ਬਿਨਾਂ ਸਿਲੰਡਰਾਂ ਤੋਂ ਮਰ ਰਹੇ ਆ, ਬਿਨਾਂ ਇੰਜੈਕਸ਼ਨ ਤੋਂ ਮਰ ਰਹੇ ਆ। ਮੈਨੂੰ ਰਾਹ 'ਚ ਆਉਂਦੇ ਨੂੰ ਕਿੰਨੇ ਫੋਨ ਆਏ ਜੀ ਸਾਨੂੰ ਫਲਾਣੇ ਹੋਸਪਿਟਲ ਇੰਜੈਕਸ਼ਨ ਚਾਹੀਦਾ, ਸਾਨੂੰ ਜੀ ਫਲਾਣੇ ਆਕਸੀਜਨ ਇੰਜੈਕਸ਼ਨ ਚਾਹੀਦਾ।
ड्यूटी तां सी सरकार दी कि इन्हां मुद्दयां ते ध्यान दिंदी, ड्यूटी सी पता करदी भी किहड़े होस्पिटल दे विच इंजैक्शन है नहीं, किहड़े होस्पिटल दे विच बैड पूरे हो गए, तुसीं बैडां दा अरेंजमेंट करिए, तो एक दूजे ते खिचोतान करन दी लगे होए आ। सो इहदे नाल मैं तां मीडिया नूं भी कहना कि यह ना रल मिल के पंजाब दे लोकां दा जिहड़ा ध्यान असली मुद्दयां तों भटकाउण दी कोशिश कर रहे आ। अज जिहड़े साडे मुद्दे ने पटियाले च किन्ने दिन हो गए, बेरोजगार जिहड़े आ उह धरनियां ते बैठे आ, हुण भी बैठे आ बेचारे, किन्ने दिन हो गए। अज भी मैं आया रास्ते च जिहड़ी उह एक्सप्रैस हाईवे नूं लैके जिहड़ी जमीन क्वायर कर रहे आ, किसान धरने ते बैठे आ, इह मुद्दे तां अड्रैस हो नहीं रहे। इहनां दी इक दूजे दी तूं फलाणे ते कारवाई करांगे, फलाणे ते कारवाई करांगे, इह मुद्दे ही चली जा रहे आ। सो कारवाई तां पंजाब दे लोकां ने करनी है, महीने 6 रह गए, लोग दसणगे पंजाब दे तुहानूं भी किहने जी 5 साल के समय के कीता। तो दूजे कई विधायक हूँ ना केवल कैप्टन अमरिंदर सिंह तो सारा ठीकरा भन के ये चो बच के निकलना चाहते भी असी तो बड़े गऊ सी जी, 5 साल असी कुछ नहीं किया, जो करप्शन की कैप्टन अमरिंदर सिंह ने की, जेडे अज विधायक दोष लाते हैं कि उन्होंने हल्कों 5 साल जोड़ा रेता बजरी का काम नहीं चलता रहा, कि उन्होंने हल्कों के रेत शराब माफिया नहीं चलता रहा, कि वो सारा कुछ जो कैप्टन अमरिंदर सिंह चेंज करता सारा कुछ ठीक हो जूगा। जिहड़े मंत्री अज कहिंदे जी फलाने दे कारवाई करो, फलाने दे कारवाई करो, किहड़े मंत्री दे महकमे 'च करप्शन नहीं हुई, चाहे सेहत मंत्री है कि उन्हां दे महकमे 'च करप्शन नहीं हुंदी, रेवन्यू मंत्री बोल रहे हैं। अज किहड़ा तहसीलदार आ जिहड़ा बिना पैसे रजिस्ट्री करदा, किहड़ी तहसील दे विच लुट नहीं हो रही, कि वह सारे जिहड़े डिपार्टमेंट ने जे कैप्टन अमरिंदर सिंह बदलता ठीक हो जूगा। असल 'च लुटिया सारिआं ने पंजाब नूं रल के 4.5 साल 5 साल भी इन्हां लुटना ही आ, हुण केवल तो केवल कैप्टन अमरिंदर सिंह नूं गुनाहगार दिखा के आप सारे बच के निकलना चाहते हैं। पर टीम सारी उही है, टीम सारी उही करप्ट लोगों की है जिन्हें 5 साल पंजाब नूं लगातार लुटिया। सर आम आदमी पार्टी नशे के खिलाफ कोई गलबात नहीं।